ਉੱਥੇ ਗੱਲਾਂ ਜਿਹੜੀਆਂ ਹੁਕਮ ਚੰਦ ਨੇ ਕਹੀਆਂ ਨੇ ਕਿ 2 ਸਾਲ ਠਹਿਰ ਜਾਓ ਪੰਜਾਬੀਓ, ਕਿ ਤੁਹਾਨੂੰ ਅਸੀਂ ਦੱਸਾਂਗੇ ਕਿ ਹਿੰਦੀ ਕੀ ਚੀਜ਼ ਹੈ। 2 ਸਾਲ ਠਹਿਰੋ, ਅਸੀਂ ਤੁਹਾਨੂੰ ਦੱਸਾਂਗੇ ਕਿ ਕੀ ਭਾਅ ਵਿਕਦੀ ਹੈ। ਸਭ ਤੋਂ ਪਹਿਲਾਂ ਮੈਂ ਮੇਰਾ ਵੀਰਾ ਥੱਲੇ ਸੱਜਣ ਜਿਹੜੇ ਟਿੱਪਣੀਆਂ ਕਰ ਰਹੇ ਨੇ, ਮੇਰਾ ਵੀਰ ਗੁੱਡ ਲਿਖ ਰਿਹਾ, ਕੋਈ ਵੈਰੀ ਗੁੱਡ ਲਿਖ ਰਿਹਾ, ਕੋਈ ਹੈਲੋ, ਇਹ ਪੰਜਾਬੀ 'ਚ ਕਰਨਾ ਸ਼ੁਰੂ ਕਰ ਰਿਹਾ। ਜਿਹੜੇ ਆ ਵਾਲੇ ਕਹਿ ਦਿੰਦੇ ਕਿ ਹਿੰਦੀ ਰਾਸ਼ਟਰ ਭਾਸ਼ਾ ਹੈ, ਹਿੰਦੀ ਕਿਸੇ ਵੀ ਸੰਵਿਧਾਨ ਦੇ ਵਿੱਚ ਕਿਤੇ ਵੀ ਦਰਜ ਨਹੀਂ ਹੈਗੀ, ਕਿਤੇ ਵੀ ਲਿਖਿਆ ਗਿਆ ਕਿ ਹਿੰਦੀ ਕੋਈ ਰਾਸ਼ਟਰ ਭਾਸ਼ਾ ਹੈ। ਮੋਹਾਲੀ ਦੇ ਵਿੱਚ ਵੀ ਸਾਨੂੰ ਇਹ ਪਤਾ ਲੱਗਿਆ ਕਿ ਬਹੁਤੇ ਐਸੇ ਸਕੂਲ ਹੈਗੇ ਜਿੱਥੇ ਸਕੂਲਾਂ ਦੇ ਵਿੱਚ ਸਿਰਫ ਇੱਕ ਦਿਨ ਹਫ਼ਤੇ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ। ਤਰੰਗ ਵਾਲਾ ਇੱਕ ਅਕੈਡਮੀ ਹੈ, ਦ੍ਰਿਸ਼ਟੀ ਨਾਉਂ ਅਕੈਡਮੀ ਦਾ, ਉੱਥੇ ਪਤਾ ਕੀ ਹੋਇਆ? ਅੱਜ ਅਸੀਂ ਉੱਥੇ ਬੱਚਿਆਂ ਨੂੰ ਮਿਲੇ ਜਾ ਕੇ, ਇੱਕ ਬੱਚੇ ਨੇ ਨਵੀਂ ਗੱਲ ਦੱਸੀ। ਉਹ ਕਹਿੰਦੇ ਜੀ ਮੈਂ ਕੜਾ ਪਾ ਕੇ ਚਲਿਆ ਗਿਆ, ਮੈਨੂੰ ਇੱਕ ਮੈਡਮ ਹੈ, ਕੀ ਨਾਂ ਦੱਸਿਆ, ਸੁਨੀਤਾ ਕਾਲੀਆ ਨਾਂ ਦੀ ਕੋਈ ਮੈਡਮ ਹੈ, ਕਹਿੰਦੀ ਆ ਕੜਾ ਕੁੜਾ ਨਹੀਂ ਪਾ ਕੇ ਆਉਣਾ, ਇਹ ਤੁਹਾਡਾ ਜਿਹੜਾ ਵਿਰਸਾ, ਤੁਹਾਡੀ ਵਿਰਾਸਤ ਹੈ, ਇਹਨੂੰ ਘਰੇ ਰੱਖੋ, ਮੈਂ ਸਕੂਲ 'ਚ ਕੜਾ ਨਹੀਂ ਪਾਉਂਦਾ। ਇਹ ਮੁਸਲਮਾਨਾਂ ਦੀ, ਇਹ ਸਿੱਖਾਂ ਦੀ, ਇਹ ਹਿੰਦੂਆਂ ਦੀ, ਸਭ ਦੀ ਸਾਂਝੀ ਜਵਾਨ, ਇਹਨੂੰ ਕਿਸੇ ਧਰਮ ਨਾਲ, ਕਿਸੇ ਫਿਰਕੇ ਨਾਲ ਨਾ ਨਾ ਜੋੜੋ ਵਿਸ਼ੇਸ਼ ਨਾਲ। ਸਤਿ ਸ਼੍ਰੀ ਅਕਾਲ ਪੰਜਾਬੀ। ਉਹ ਆਪਾਂ ਜਿਸ ਮੁੱਦੇ ਦੇ ਉੱਤੇ ਅੱਜ ਗੱਲ ਕਰਨ ਜਾ ਰਹੇ ਹਾਂ, ਮੁੱਦਾ ਬਹੁਤ ਹੀ ਗੰਭੀਰ ਅਤੇ ਬਹੁਤ ਹੀ ਸਾਡੇ ਪੰਜਾਬੀਆਂ ਲਈ ਇੱਕ ਚਿੰਤਾਜਨਕ ਜਿਹੜਾ ਮੁੱਦਾ ਉਹ ਬਣਿਆ ਹੋਇਆ। ਵੈਸੇ ਤਾਂ ਆਪਾਂ ਬਹੁਤ ਵਾਰੀ ਇਸ ਮਸਲੇ ਉੱਤੇ ਗੱਲਬਾਤ ਕੀਤੀ ਹੈ ਅਤੇ ਕਈ ਸਾਲ ਤੋਂ ਆਪਾਂ ਜਿਹੜੀ ਲੜਾਈ ਉਹ ਲੜ ਰਹੇ ਹਾਂ, ਪਰ ਅੱਜ ਜਿਹੜੀਆਂ ਗੱਲਾਂ ਬਾਤਾਂ ਸਾਡੇ ਸਾਹਮਣੇ ਆਈਆਂ ਨੇ, ਜਾਂ ਅੱਜ ਵੀ ਅਸੀਂ ਹੁਣ ਇਸ ਟਾਈਮ ਲੁਧਿਆਣੇ ਤੋਂ ਤੁਰੇ ਆ ਰਹੇ ਹਾਂ, ਰਸਤੇ ਦੇ ਵਿੱਚ ਹੈ, ਅਸੀਂ ਇਸੇ ਮਸਲੇ ਦੇ ਸੰਬੰਧ 'ਚ ਅੱਜ ਲੁਧਿਆਣੇ ਜਾ ਕੇ ਆਏ ਹਾਂ, ਉਹ ਤੁਹਾਡੇ ਨਾਲ ਅੱਜ ਆਪਾਂ ਸਾਂਝੀਆਂ ਕਰਾਂਗੇ। ਜਿਸ ਤਰ੍ਹਾਂ ਕਿ ਉੱਪਰ ਅਸੀਂ ਇਹਦੇ ਲਿਖਿਆ ਕਿ 2 ਸਾਲ ਠਹਿਰੋ, ਅਸੀਂ ਤੁਹਾਨੂੰ ਦੱਸਾਂਗੇ ਕਿ ਕੀ ਭਾਅ ਵਿਕਦੀ ਆ। ਕਿੰਨਾ ਨੇ ਕਿਹਾ, ਹੁਕਮ ਚੰਦ ਨੇ ਕਹੀ ਇਹ ਗੱਲ। ਹੁਕਮ ਚੰਦ ਕੌਣ ਨੇ? 13 ਤਰੀਕ ਨੂੰ ਭਾਸ਼ਾ ਵਿਭਾਗ ਦੇ ਵਿੱਚ, ਦਫ਼ਤਰ ਦੇ ਵਿੱਚ ਹਿੰਦੀ ਦਿਵਸ ਮਨਾਇਆ ਗਿਆ ਅਤੇ ਉੱਥੇ ਗੱਲਾਂ ਜਿਹੜੀਆਂ ਹੁਕਮ ਚੰਦ ਨੇ ਕਹੀਆਂ ਨੇ ਕਿ 2 ਸਾਲ ਠਹਿਰ ਜਾਓ ਪੰਜਾਬੀਓ, ਕਿ ਤੁਹਾਨੂੰ ਅਸੀਂ ਦੱਸਾਂਗੇ ਕਿ ਹਿੰਦੀ ਕੀ ਚੀਜ਼ ਹੈ। ਹਰ ਭਾਸ਼ਾ ਦਾ, ਹਰ ਜਵਾਨ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ, ਚਾਹੇ ਉਹ ਹਿੰਦੀ ਹੈ, ਚਾਹੇ ਉਰਦੂ ਹੈ, ਚਾਹੇ ਉਹ ਅੰਗਰੇਜ਼ੀ ਹੈ, ਚਾਹੇ ਉਹ ਅਰਬੀ ਹੈ, ਫਾਰਸੀ ਹੈ, ਕੋਈ ਵੀ ਜਵਾਨ ਹੈ। ਪਰ ਜਿੱਥੇ ਸਾਡੀ ਮਾਂ ਬੋਲੀ ਦੀ ਗੱਲ ਆਉਂਦੀ ਹੈ, ਸਾਡੀ ਮਾਂ ਜ਼ਬਾਨ ਦੀ ਗੱਲ ਆਉਂਦੀ ਹੈ, ਉੱਥੇ ਸਾਨੂੰ ਐਡੀ ਬੇਫਿਕਰੀ, ਐਡੀ ਅਣਗਹਿਲੀ ਨਹੀਂ ਵਰਤਣੀ ਚਾਹੀਦੀ ਜਿਸ ਤਰੀਕੇ ਨਾਲ ਅੱਜ ਪੰਜਾਬੀ ਅਸੀਂ ਵਰਤ ਰਹੇ ਹਾਂ। ਸੋ ਭਰਾਵੋ, ਅੱਜ ਅਸੀਂ ਗੱਲ ਇਹ ਕਰ ਰਹੇ ਹਾਂ ਤੁਹਾਡੇ ਨਾਲ ਕਿ ਹੌਲੀ 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 ਕਰਕੇ ਸਾਰੀਆਂ ਭਾਸ਼ਾਵਾਂ ਦੇ ਆਪਾਂ ਕਿਹੜੇ ਦਿਵਸ ਮਨਾਉਣੇ ਚਾਹੀਦੇ ਨੇ। ਜੇ ਹਿੰਦੀ ਦਿਵਸ ਮਨਾਇਆ ਗਿਆ ਤਾਂ ਪੰਜਾਬੀ ਜ਼ਬਾਨ ਦਾ ਦਿਵਸ ਵੀ ਮਨਾਉਣਾ ਚਾਹੀਦਾ। ਸਾਡੀ ਅੱਜ ਪੰਜਾਬੀ ਭਾਸ਼ਾ ਵਿਭਾਗ ਦੀ ਜਿਹੜੀ ਡਾਇਰੈਕਟਰ ਉਹਦੇ ਨਾਲ ਵੀ ਗੱਲ ਹੋਈ, ਉਹਨਾਂ ਨੂੰ ਵੀ ਇਹ ਪੁੱਛਿਆ ਸੀ ਕਿ ਤੁਸੀਂ ਹਿੰਦੀ ਦਿਵਸ ਮਨਾਇਆ, ਠੀਕ ਆ ਮਨਾਉਣਾ ਚਾਹੀਦਾ, ਪਰ ਪੰਜਾਬੀ ਮਾਂ ਬੋਲੀ ਦਾ ਦਿਵਸ ਕਦੋਂ ਮਨਾਓਗੇ? ਤਾਂ ਕਹਿੰਦੇ ਜੀ ਅਸੀਂ ਮਨਾਵਾਂਗੇ, 15ਵਾੜਾ ਮਨਾਵਾਂਗੇ, ਨਵੰਬਰ ਸ਼ੁਰੂ ਕਰਾਂਗੇ, ਜਾਣੇ ਗੱਲਾਂ ਨੇ, ਟਾਲ ਮਟੋਲ ਹੈ, ਮਨਾਉਣਾ ਮਨਾਉਣਾ ਕੀ ਨੇ। ਜਾਂ ਆਪਾਂ ਦੇਖਦੇ ਹਾਂ ਕਿ ਕਾਗਜ਼ਾਂ ਪੱਤਰਾਂ ਦੇ ਵਿੱਚ ਮਨਾ ਲਿਆ ਜਾਂਦਾ, ਉਹਦਾ ਅਮਲੀ ਰੂਪ ਦੇ ਵਿੱਚ ਕੋਈ ਉਹਨੂੰ ਲਾਗੂ ਨਹੀਂ ਕੀਤਾ ਜਾਂਦਾ। ਸਭ ਤੋਂ ਪਹਿਲਾਂ ਮੈਂ ਮੇਰਾ ਵੀਰ ਥੱਲੇ ਸੱਜਣ ਜਿਹੜੇ ਟਿੱਪਣੀਆਂ ਕਰ ਰਹੇ ਨੇ, ਮੇਰਾ ਵੀਰ ਗੁੱਡ ਲਿਖ ਰਿਹਾ, ਕੋਈ ਵੈਰੀ ਗੁੱਡ ਲਿਖ ਰਿਹਾ, ਕੋਈ ਹੈਲੋ, ਇਹ ਪੰਜਾਬੀ 'ਚ ਕਰਨਾ ਸ਼ੁਰੂ ਕਰੋ ਯਾਰ। ਮੈਂ ਫਿਰ ਕਹਿੰਦਾ, ਸਾਰੀਆਂ ਜ਼ਬਾਨਾਂ ਸਿੱਖੋ, ਪੜ੍ਹੋ, ਲਿਖੋ, ਸਿੱਖਣੀਆਂ ਚਾਹੀਦੀਆਂ ਨੇ, ਪਰ ਆਪਣੀ ਮਾਂ ਜ਼ਬਾਨ ਨੂੰ ਇਸ ਤਰ੍ਹਾਂ ਦਰਕਾਰੋ ਨਾ ਕਿ ਸਾਡੀ
ਮਾਂ ਜ਼ਬਾਨ ਜੇ ਮਰਦੀ ਆ ਸਾਡੇ ਪੱਲੇ ਕੱਖ ਨਹੀਂ ਰਹਿਣਾ ਪ੍ਰਭੂ। ਉੱਥੇ ਘਟਨਾ ਕੀ ਵਾਪਰਦੀ ਆ ਤੁਹਾਨੂੰ ਦੱਸਦਾ, 13 ਤਰੀਕ ਨੂੰ ਹਿੰਦੀ ਭਾਸ਼ਾ ਦਿਵਸ ਮਨਾਇਆ ਜਾ ਰਿਹਾ ਭਾਸ਼ਾ ਭਾਗ ਦੇ ਵਿੱਚ, ਉੱਥੇ ਗੱਲ ਹੁੰਦੀ ਹੈ ਡਾਕਟਰ ਤੇਜਵੰਤ ਮਾਨ ਜਿਹੜੇ ਬੋਲ ਰਹੇ ਨੇ ਉਹਨਾਂ ਨੂੰ ਜਦੋਂ ਬੋਲਦਿਆਂ ਹੋਇਆਂ ਨੂੰ, ਤੁਸੀਂ ਵੀਡੀਓ ਇੱਕ ਵਾਇਰਲ ਹੋਈ ਆ ਤੁਸੀਂ ਦੇਖੀ ਹੋਣੀ ਆ ਭਾਸ਼ਾ ਭਾਗ ਦੀ, ਕਿ ਉੱਥੇ ਡਾਕਟਰ ਤੇਜਵੰਤ ਮਾਨ ਕੋਲੋਂ ਮਾਇਕ ਬੰਦ ਕਰ ਦਿੱਤਾ ਜਾਂਦਾ ਜਦੋਂ ਪੰਜਾਬੀ ਜ਼ਬਾਨ ਦੀ ਗੱਲ ਕਰਦੇ। ਕੋਈ ਵੀ ਜ਼ਬਾਨ ਕਿਸੇ ਜ਼ਬਾਨ ਦੇ ਖਿਲਾਫ਼ ਨਹੀਂ ਹੈਗੀ। ਅਸੀਂ ਫਿਰ ਕਹਿੰਦੇ ਹਾਂ ਨਾ ਅਸੀਂ ਹਿੰਦੀ ਦੇ ਖਿਲਾਫ਼ ਹਾਂ, ਨਾ ਅਸੀਂ ਉਰਦੂ ਦੇ ਖਿਲਾਫ਼ ਹਾਂ, ਨਾ ਅਸੀਂ ਅੰਗਰੇਜ਼ੀ ਦੇ ਖਿਲਾਫ਼ ਹਾਂ, ਪਰ ਗੱਲ ਸਾਡੀ ਮਾਂ ਬੋਲੀ ਦੀ ਹੋ ਰਹੀ ਆ। ਆਹ ਕਿੱਥੇ ਗਏ ਲੇਖਕ ਨੇ ਜਿਹੜੇ ਪੰਜਾਬ ਦੇ ਵੱਡੇ ਆਪਣੇ ਆਪ ਨੂੰ ਪੰਜਾਬੀ ਮਾਂ ਬੋਲੀ ਦਾ ਲੰਬਰਦਾਰ ਕਹਾਉਂਦੇ ਆ ਕਿ ਅਸੀਂ ਬਹੁਤ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ, ਓਏ ਲਾਂਤੀਓ, ਲਾਂਤ ਪਾਉਣਾ, ਮੈਂ ਕਹਿੰਦਾ ਲੱਖ ਲਾਂਤ ਆ ਤੁਹਾਨੂੰ ਸਿੱਖੋ ਦੱਖਣ ਵਾਲਿਆਂ ਤੋਂ। ਅਮਿਤ ਸ਼ਾਹ ਦਾ ਬਿਆਨ ਆਇਆ, ਅਮਿਤ ਸ਼ਾਹ ਦਾ ਬਿਆਨ ਆਇਆ ਕਿ ਇੱਕ ਰਾਸ਼ਟਰ ਇੱਕ ਭਾਸ਼ਾ, ਸਭ ਤੋਂ ਜ਼ਿਆਦਾ ਵਿਰੋਧ ਕਰਨਾਟਕਾ ਦੇ ਵਿੱਚ, ਤਾਮਿਲਨਾਡੂ ਦੇ ਵਿੱਚ, ਬੰਗਾਲ ਦੇ ਵਿੱਚ, ਹੋਰ ਕਈ ਸੂਬਿਆਂ ਦੱਖਣ ਦੇ ਵਿੱਚ ਵਿਰੋਧ ਹੋਇਆ ਕਿ ਇਹ ਗੱਲ ਨਹੀਂ ਚੱਲੂਗੀ ਇੱਕ ਰਾਸ਼ਟਰ ਇੱਕ ਭਾਸ਼ਾ। ਸਭ ਤੋਂ ਪਹਿਲਾਂ ਕਿਸੇ ਵੀ ਜ਼ਬਾਨ ਨੂੰ ਦੂਜੀ ਜ਼ਬਾਨ ਉੱਤੇ ਥੋਪਣਾ ਬੰਦ ਕਰੋ। ਇਸ ਦੇਸ਼ ਦੇ ਵਿੱਚ 22 ਭਾਸ਼ਾਵਾਂ ਨੇ ਵੱਖ ਵੱਖ ਸੂਬਿਆਂ ਦੀਆਂ, ਅਤੇ ਜਿਹੜੇ ਆ ਵਾਲੇ ਕਹਿ ਦਿੰਦੇ ਕਿ ਹਿੰਦੀ ਰਾਸ਼ਟਰ ਭਾਸ਼ਾ ਹੈ, ਹਿੰਦੀ ਕਿਸੇ ਵੀ ਸੰਵਿਧਾਨ ਦੇ ਵਿੱਚ ਕਿਤੇ ਵੀ ਦਰਜ ਨਹੀਂ ਹੈਗੀ, ਕਿਤੇ ਨਹੀਂ ਲਿਖਿਆ ਗਿਆ ਕਿ ਹਿੰਦੀ ਕੋਈ ਰਾਸ਼ਟਰ ਭਾਸ਼ਾ ਹੈ। ਹਿੰਦੀ ਇੱਕ ਜਿਸ ਤਰ੍ਹਾਂ ਪੰਜਾਬੀ ਹੈ, ਤਾਮਿਲ ਹੈ, ਕੰਨੜ ਹੈ, ਤੇਲਗੂ ਹੈ, ਤਾਮਿਲ ਹੈ, ਮਲਿਆਲਮ ਹੈ, ਇਸ ਤਰ੍ਹਾਂ ਹੀ ਇੱਕ ਜ਼ਬਾਨ ਹੈ ਇਸ ਦੇਸ਼ ਦੀ। ਇਹ ਦੇਸ਼ ਬਹੁ ਭਾਸ਼ਾਵਾਂ ਦਾ ਦੇਸ਼ ਹੈ, ਪਰ ਜਿਸ ਤਰ੍ਹਾਂ ਦੇ ਅਮਿਤ ਸ਼ਾਹ ਦੇ ਬਿਆਨ ਆਉਣੇ ਸ਼ੁਰੂ ਹੋਏ ਨੇ, ਇਹਦੇ ਬਾਰੇ ਮੈਂ ਤੁਹਾਨੂੰ ਬਹੁਤ ਚਿਰ ਪਹਿਲਾਂ ਵੀ ਕਲਪਦਾ ਰਿਹਾ ਕਿ ਹੁਣ ਇਹ ਉਸ ਏਜੰਡੇ ਦੀਆਂ ਗੱਲਾਂ ਲਾਗੂ ਹੋ ਰਹੀਆਂ ਨੇ। ਇੱਕ ਦੇਸ਼, ਇੱਕ ਜ਼ਬਾਨ, ਇੱਕ ਧਰਮ, ਇਹ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਦੇਸ਼ ਦੇ ਵਿੱਚ ਬਣਾਇਆ ਜਾ ਰਿਹਾ। ਬਹੁਤ ਜ਼ਿਆਦਾ ਵਿਰੋਧ ਹੋਇਆ, ਪਰ ਜਿਹੜੇ ਕਹਿੰਦੇ ਆ ਪੰਜਾਬੀ ਦੇ ਲੇਖਕ ਕਿ ਅਸੀਂ ਬਹੁਤ ਸੇਵਾ ਕਰ ਰਹੇ ਹਾਂ ਮਾਂ ਬੋਲੀ ਦੀ, ਤੁਸੀਂ ਕਿਤਾਬਾਂ ਲਿਖੀਆਂ, ਤੁਸੀਂ ਇਸ ਮਾਂ ਜ਼ਬਾਨ ਤੋਂ ਹੁਣ ਤੱਕ ਰੋਟੀਆਂ ਖਾਂਦੇ ਰਹੇ ਹੋ, ਹੁਣ ਵੀ ਖਾ ਰਹੇ ਹੋ, ਪਰ ਇਸ ਮਾਂ ਜ਼ਬਾਨ ਲਈ, ਇਸ ਮਾਂ ਬੋਲੀ ਲਈ ਜਿਹਨੇ ਤੁਹਾਨੂੰ ਰੁਤਬੇ ਦਿੱਤੇ, ਅਹੁਦੇ ਦਿੱਤੇ, ਤੁਹਾਨੂੰ ਪੈਸਾ ਦਿੱਤਾ, ਤੁਹਾਡੇ ਘਰ ਭਰੇ, ਉਸ ਮਾਂ ਬੋਲੀ ਲਈ ਪੰਜਾਬ ਦਾ ਕਿਹੜਾ ਲੇਖਕ ਬੋਲਿਆ? ਐਡੇ ਵੱਡੇ ਫਰਮਾਨ ਜਾਰੀ ਹੋ ਰਹੇ ਨੇ ਸਰਕਾਰਾਂ ਵੱਲੋਂ ਸਾਡੀ ਮਾਂ ਜ਼ਬਾਨ ਨੂੰ ਮਾਰਨ ਦੇ ਖਿਲਾਫ, ਕਿਹੜਾ ਲੇਖਕ ਬੋਲ ਰਿਹਾ? ਕੋਈ ਨਹੀਂ ਬੋਲ ਰਿਹਾ ਪ੍ਰਭੂ, ਸਾਰੇ ਚੁੱਪ ਨੇ। ਜਦੋਂ ਕੋਈ ਮਾਨ ਸਨਮਾਨ ਦੀ ਗੱਲ ਆਉਣੀ ਹੈ ਤਾਂ ਹੀ ਵੱਡੇ ਵੱਡੇ ਲੇਖਕ ਅੱਗੇ ਹੋ ਜਾਂਦੇ ਹੁੰਦੇ ਆ, ਇਹੀ ਕਹਿੰਦੇ ਨੇ ਅਸੀਂ ਪੰਜਾਬੀ ਦੀ ਸੇਵਾ ਕਰ ਰਹੇ ਹਾਂ, ਸੈਮੀਨਾਰ ਕਰਾ ਦੇਣੇ। ਇਹਨਾਂ ਗੱਲਾਂ ਨਾਲ ਪੰਜਾਬੀ ਜ਼ਬਾਨ ਦੀ ਸੇਵਾ ਨਹੀਂ ਹੁੰਦੀ। ਅਸੀਂ ਇਸ ਨੂੰ ਲੁਧਿਆਣੇ ਦੀ ਗੱਲ ਦੱਸਦੇ ਹਾਂ, ਅਸੀਂ ਮੋਹਾਲੀ ਤੋਂ ਆਏ ਹਾਂ। ਮੋਹਾਲੀ ਦੇ ਵਿੱਚ ਵੀ ਸਾਨੂੰ ਇਹ ਪਤਾ ਲੱਗਿਆ ਕਿ ਬਹੁਤੇ ਐਸੇ ਸਕੂਲ ਹੈਗੇ ਜਿੱਥੇ ਸਕੂਲਾਂ ਦੇ ਵਿੱਚ ਸਿਰਫ ਇੱਕ ਦਿਨ ਹਫ਼ਤੇ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ, ਪੰਜਾਬੀ ਪੜ੍ਹਾਈ ਨਹੀਂ ਜਾਂਦੀ। ਪੰਜਾਬ ਦੇ ਹੋਰ ਅਨੇਕਾਂ ਅਜਿਹੇ ਜਿਹੜੇ ਅੰਗਰੇਜ਼ੀ ਮੀਡੀਅਮ ਸਕੂਲ ਨੇ ਉੱਥੇ ਮਾੜੀ ਮੋਟੀ ਟਾਈਮ ਪਾਸ ਜੋਗੀ ਵੀ ਹਾਂ ਇੰਨਾ ਕੁ ਨੰਬਰ ਜੇ ਲੈ ਜੂਗਾ ਪਾਸ ਹੋ ਜੂਗਾ ਉੰਨੀ ਕੁ ਪੰਜਾਬੀ ਪੜ੍ਹਾ ਦਿਓ, ਉੰਨੀ ਕੁ ਪੰਜਾਬੀ ਪੜ੍ਹਾ ਦਿੰਦੇ ਨੇ। ਮੈਂ 10ਵੀਂ ਵਾਲੇ ਜਵਾਕਾਂ ਨਾਲ ਵੀ ਗੱਲ ਕੀਤੀ, 12ਵੀਂ ਵਾਲਿਆਂ ਨਾਲ ਵੀ ਕਰਦਾ, 7ਵੀਂ 8ਵੀਂ ਵਾਲਿਆਂ ਨਾਲ ਵੀ ਗੱਲ ਕਰਦਾ, ਉਹਨਾਂ ਜਵਾਕਾਂ ਨੂੰ ਸਹੀ ਪੰਜਾਬੀ ਪੜ੍ਹਨੀ ਵੀ ਨਹੀਂ ਆਉਂਦੀ, ਜੋੜ ਜੋੜ ਕੇ ਅੱਖਰ ਪੜ੍ਹਦੇ ਆ, ਲਿਖਣੀ ਤਾਂ ਆਉਣੀ ਦੂਰ ਦੀ ਗੱਲ ਆ, ਬਿਹਾਰੀਆਂ ਸ਼ਿਹਾਰੀਆਂ ਔਂਕੜ ਦਲੈਂਕੜ ਲਾਵਾਂ ਦਲਾਵਾਂ ਬਿੰਦੀਆਂ ਟਿੱਪੀਆਂ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਮੈਂ ਤੁਹਾਨੂੰ ਵਾਰ ਵਾਰ ਮੇਰਾ ਵੀਰੇ ਗੱਲ ਪਿੱਟਦਾ, ਵਾਰ ਵਾਰ ਇਹ ਗੱਲ ਪਿੱਟਦਾ ਕਿ ਅਸੀਂ ਕਿਹੜਾ ਬੰਦਾ
ਕਿਹੜਾ ਬੰਦਾ ਜਿਹੜਾ ਜਦੋਂ ਦਾ ਜਵਾਕ ਸਕੂਲੋਂ ਪੜ੍ਹ ਕੇ ਘਰ ਆਉਂਦਾ, ਕਿਹੜੀ ਮਾਂ, ਕਿਹੜਾ ਪਿਓ ਆ, ਕਿਹੜਾ ਭੈਣ ਭਾਈ ਆਪਣੇ ਬੱਚੇ ਨੂੰ ਇਹ ਗੱਲ ਪੁੱਛਦਾ ਵੀ ਤੈਨੂੰ ਸਕੂਲ ਦੇ ਵਿੱਚ ਕੀ ਪੜ੍ਹਾਇਆ ਜਾ ਰਿਹਾ, ਕੀ ਪੰਜਾਬੀ ਪੜ੍ਹਾਈ ਜਾ ਰਹੀ ਹੈ। ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਹਾਲਾਤ ਇਹ ਬਣੇ ਹੋਏ ਨੇ ਕਿ ਜਵਾਕਾਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ, ਜਵਾਕਾਂ ਨੂੰ ਪੰਜਾਬੀ ਬੋਲਣ 'ਤੇ ਜੁਰਮਾਨਾ ਕੀਤਾ ਜਾਂਦਾ, ਉਹਨਾਂ ਨੂੰ ਕਿਹਾ ਜਾਂਦਾ ਜ਼ਿਆਦਾ ਹਿੰਦੀ ਬੋਲੋ ਅਤੇ ਜਾਂ ਅੰਗਰੇਜ਼ੀ ਬੋਲੋ। ਮੇਰਾ ਬਹੁਤ ਜਿਹੜਾ ਸਕੂਲਾਂ ਨਾਲ ਵਾਹ ਪਿਆ, ਉਹਨਾਂ ਨੂੰ ਜਾ ਕੇ ਮੈਂ ਪੁੱਛਦਾ ਵੀ ਤੁਸੀਂ ਕਿਉਂ ਇਹ ਗੱਲ ਕਹਿੰਦੇ ਆ, ਜਦੋਂ ਕਿ ਸਰਕਾਰਾਂ ਵੱਲੋਂ ਚਿੱਠੀਆਂ ਕੱਢੀਆਂ ਗਈਆਂ, ਹਦਾਇਤਾਂ ਹੋਈਆਂ ਨੇ ਸਕੂਲਾਂ ਨੂੰ, ਸਾਰੇ ਬੋਰਡਾਂ ਨੂੰ, ਸਾਰੇ ਸਕੂਲਾਂ ਨੂੰ ਵੀ ਤੁਸੀਂ ਕਿਸੇ ਵੀ ਜਵਾਕ ਬੱਚੇ ਨੂੰ ਉਹਦੀ ਮਾਂ ਬੋਲੀ ਬੋਲਣ ਤੋਂ ਰੋਕ ਨਹੀਂ ਸਕਦੇ, ਇਹ ਉਹਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ, ਫਿਰ ਕਿਉਂ ਰੋਕ ਰਹੇ ਹਾਂ। ਤਾਂ ਕਹਿੰਦੇ ਜੀ ਜੇ ਜਵਾਕ ਹਿੰਦੀ ਬੋਲੂਗਾ ਤਾਂ ਉਨੀ ਵਧੀਆ ਅੰਗਰੇਜ਼ੀ ਸਿੱਖੂਗਾ। ਗਲਤ ਹੈ ਜੇ ਇਹ ਦੁਨੀਆਂ ਦੀ ਫਿਲਾਸਫੀ, ਦੁਨੀਆਂ ਦਾ ਬੁੱਧੀਜੀਵੀ ਵਰਗ ਸਿੱਧ ਕਰ ਚੁੱਕਿਆ ਕਿ ਜਿਹੜਾ ਬੱਚਾ ਆਪਣੀ ਮਾਂ ਬੋਲੀ ਦੇ ਵਿੱਚ ਮਹਾਰਤ ਹਾਸਲ ਹੋਊਗੀ, ਜਿਹੜੇ ਬੱਚੇ ਦੀ ਪਕੜ ਆਪਣੀ ਮਾਂ ਬੋਲੀ ਦੇ ਵਿੱਚ ਹੋਊਗੀ, ਉਹ ਬੱਚਾ ਦੂਜੀਆਂ ਭਾਸ਼ਾਵਾਂ ਨੂੰ ਓਨਾ ਹੀ ਵਧੀਆ ਤਰੀਕੇ ਨਾਲ ਸਿੱਖੂਗਾ। ਉਹ ਭਰਾਵੋ, ਤੁਸੀਂ ਆਪਣੇ ਧਨ ਦੌਲਤਾਂ ਬਥੇਰੀਆਂ ਜੋੜ ਲਓਗੇ, ਬਥੇਰੀਆਂ ਵੱਡੀਆਂ ਵੱਡੀਆਂ ਕੋਠੀਆਂ ਖੜੀਆਂ ਕਰ ਲਓਗੇ, ਬਥੇਰੀਆਂ ਗੱਡੀਆਂ ਲੈ ਲਓਗੇ, ਪਰ ਅਸਲ ਪੂੰਜੀ, ਅਸਲ ਦੌਲਤ ਸਾਡੇ ਬੱਚੇ ਨੇ। ਇਹਨਾਂ ਬੱਚਿਆਂ ਕੋਲੋਂ ਸਾਡੀ ਜਵਾਨ ਗਮਾਚਗੀ, ਸਾਡੀ ਪਹਿਚਾਣ ਗਮਾਚਗੀ, ਸਾਡਾ ਵਜੂਦ ਨੇ ਗਮਾਚ ਜਾਣਾ, ਸਾਡੇ ਪੱਲੇ ਕੱਖ ਨਹੀਂ ਰਹਿਣਾ। ਆ ਬਰਨਾਲੇ ਪਤਾ ਲੱਗਿਆ ਸੀ, ਬਰਨਾਲੇ ਹੁਣ ਬੈਠੇ ਹਾਂ ਕਿ ਬਰਨਾਲੇ ਦੀ ਇੱਕ ਖੁੱਡੀ ਸਰਵੋਤਮ ਬਰਨਾਲਾ ਖੁੱਡੀ ਜਿਹੜੀ ਹੈਗੀ ਆ ਸੜਕ, ਉਹਦੇ ਉੱਤੇ ਇੱਕ ਸਰਵੋਤਮ ਅਕੈਡਮੀ ਹੈ, ਉਹਦੇ ਵੱਲੋਂ ਸਪੈਸ਼ਲ ਹਦਾਇਤ ਹੈ ਬੈਨਾਂ ਦੇ ਡਰਾਈਵਰਾਂ ਨੂੰ ਵੀ, ਹਦਾਇਤਾਂ ਨੇ ਕਿ ਤੁਸੀਂ ਜਵਾਕਾਂ ਨਾਲ ਹਿੰਦੀ 'ਚ ਗੱਲ ਕਰਨੀ ਹੈ, ਪੰਜਾਬੀ 'ਚ ਗੱਲ ਨਹੀਂ ਕਰਨੀ। ਇਸੇ ਤਰ੍ਹਾਂ ਅਸੀਂ ਆਏ ਹਾਂ ਨਰੰਗਾਲ ਇੱਕ ਅਕੈਡਮੀ ਹੈ, ਦ੍ਰਿਸ਼ਟੀ ਨਾਉਂ ਅਕੈਡਮੀ ਦਾ। ਉੱਥੇ ਪਤਾ ਕੀ ਹੋਇਆ, ਅੱਜ ਅਸੀਂ ਉੱਥੇ ਬੱਚਿਆਂ ਨੂੰ ਮਿਲੇ ਜਾ ਕੇ, ਇੱਕ ਬੱਚੇ ਨੇ ਨਵੀਂ ਗੱਲ ਦੱਸੀ, ਉਹ ਕਹਿੰਦੇ ਜੀ ਮੈਂ ਕੜਾ ਪਾ ਕੇ ਚਲਿਆ ਗਿਆ, ਮੈਨੂੰ ਇੱਕ ਮੈਡਮ ਹੈ, ਕੀ ਨਾਂ ਦੱਸਿਆ, ਸੁਨੀਤਾ ਕਾਲੀਆ ਨਾਂ ਦੀ ਕੋਈ ਮੈਡਮ ਹੈ, ਕਹਿੰਦੀ ਆ ਕੜਾ ਕੁੜਾ ਨਹੀਂ ਪਾ ਕੇ ਆਉਣਾ, ਇਹ ਤੁਹਾਡਾ ਜਿਹੜਾ ਵਿਰਸਾ, ਤੁਹਾਡੀ ਵਿਰਾਸਤ ਹੈ, ਇਹਨੂੰ ਘਰੇ ਰੱਖੋ, ਮੈਂ ਸਕੂਲ 'ਚ ਕੜਾ ਨਹੀਂ ਪਾਉਣ ਦੇਣਾ। ਉਹ ਇੱਕ ਇੱਕ ਤਰੀਕੇ ਦੇ ਨਾਲ ਸਾਡੇ ਦੇ ਹਰ ਪਾਸੋਂ ਹਮਲਾ ਹੋ ਰਿਹਾ, ਅਸੀਂ ਚੁੱਪ ਕਰਕੇ ਘੁੱਗੂ ਬਣ ਕੇ ਘਰੇ ਬੈਠੇ, ਸਾਡਾ ਜਵਾਕ ਕਰੀ ਪੜ੍ਹਨ ਭੇਜਤਾ ਸਕੂਲ 'ਚ, ਵੀ ਬਸ ਮੁੜ ਕੇ ਵੀ ਜਵਾਕ ਦੀ ਸਾਰ ਲੈਣੀ ਸਾਲ ਭਰ, ਵੀ ਸਾਡੇ ਜਵਾਕ ਨਾਲ ਕੀ ਹੋਈ ਜਾਂਦਾ, ਉਹ ਤੁਹਾਡਾ ਸਾਰਾ ਕੁਛ ਤਬਾਹ ਹੋ ਜਾਂਦਾ, ਤੁਹਾਡਾ। ਸੋ ਮੇਰਾ ਵੀਰ, ਮੇਰੀਆਂ ਬੇਨਤੀਆਂ ਨੇ ਤੁਹਾਨੂੰ, ਸੰਭਲ ਜਾਓ ਯਾਰ, ਹਾਲੇ ਵੀ ਆਪਣੇ ਕੋਲ ਸਮਾਂ ਹੈਗਾ, ਵਕਤ ਹੈਗਾ ਮਾੜਾ ਮੋਟਾ, ਜੇ ਆਪਾਂ ਸੰਭਲ ਗਏ ਤੇ ਆਪਾਂ ਆਪਣੀ ਜ਼ਬਾਨ ਨੂੰ ਬਚਾ ਸਕਦੇ ਹਾਂ। ਇਹ ਜ਼ਬਾਨ ਕਿਸੇ ਇੱਕ ਫਿਰਕੇ ਦੀ, ਕਿਸੇ ਇੱਕ ਧਰਮ ਦੀ, ਕਿਸੇ ਮਜ਼ਹਬ ਦੀ ਨਹੀਂ ਆ, ਇਹ ਜ਼ਬਾਨ ਸਾਰਿਆਂ ਦੀ ਸਾਂਝੀ ਹੈ, ਇਹ ਮੁਸਲਮਾਨਾਂ ਦੀ, ਇਹ ਸਿੱਖਾਂ ਦੀ, ਇਹ ਹਿੰਦੂਆਂ ਦੀ, ਇਹ ਸਭ ਦੀ ਸਾਂਝੀ ਜ਼ਬਾਨ ਹੈ। ਇਹਨੂੰ ਕਿਸੇ ਧਰਮ ਨਾਲ, ਕਿਸੇ ਫਿਰਕੇ ਨਾਲ ਨਾ ਜੋੜੋ ਵਿਸ਼ੇਸ਼ ਨਾਲ, ਵੀ ਇਹ ਸਿੱਖਾਂ ਦੀ ਹੈ ਜੀ, ਜਾਂ ਹਿੰਦੂਆਂ ਦੀ ਹਿੰਦੀ ਹੈ ਜੀ, ਜਾਂ ਮੁਸਲਮਾਨਾਂ ਦੀ ਉਰਦੂ ਆ, ਨਹੀਂ, ਪੰਜਾਬੀ ਸਭ ਦੀ ਸਾਂਝੀ ਜ਼ਬਾਨ ਹੈ ਅਤੇ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੀਦਾ, ਚਾਹੇ ਉਹ ਹਿੰਦੂ ਆ, ਚਾਹੇ ਉਹ ਮੁਸਲਮਾਨ ਹੈ, ਚਾਹੇ ਉਹ ਸਿੱਖ ਹੈ, ਆਪਣੇ ਘਰਾਂ ਦੇ ਵਿੱਚ ਜਵਾਕਾਂ ਨਾਲ ਪੰਜਾਬੀ 'ਚ ਗੱਲ ਕਰਿਆ ਕਰੋ। ਬੜੇ ਮਾੜੇ ਹਾਲਾਤ ਹੈ, ਦੇਖਦੇ ਹੁੰਦੇ ਹਾਂ ਆਮ ਤੌਰ 'ਤੇ, ਚਲੋ ਆਪਾਂ ਦੂਜਿਆਂ ਦੀ ਗੱਲ ਛੱਡੀਏ, ਬਾਹਲੇ ਘਰਾਂ 'ਚ ਜਾਈਦਾ, ਸਾਰਾ ਪਰਿਵਾਰ ਗੁਰਸਿੱਖ ਹੁੰਦਾ, ਮੁੰਡਾ ਜਵਾਕ ਵੀ ਗੁਰਸਿੱਖ ਹੁੰਦਾ, ਹਿੰਦੀ 'ਚ ਗੱਲ ਕਰੀ ਜਾਂਦਾ ਹੁੰਦਾ, ਟੋਕੀ ਦਾ ਮੈਂ ਪੁੱਛ ਵੀ ਲੈਂਦਾ ਕਈ ਵਾਰੀ, ਵੀਰ ਕਿਉਂ ਤੂੰ ਹਿੰਦੀ 'ਚ ਕਿਉਂ ਗੱਲ ਕਰਦਾ, ਉਹ ਕਹਿੰਦੇ ਸਾਨੂੰ ਘਰੇ ਸਕੂਲ ਦੇ ਵਿੱਚ ਇਹੀ ਸਿਖਾਇਆ ਜਾਂਦਾ ਵੀ ਘਰੇ ਵੀ ਜਾ ਕੇ ਹਿੰਦੀ 'ਚ ਗੱਲ ਕਰਨੀ ਹੈ। ਉਹ ਨਹੀਂ ਲੱਭਣੀਆਂ, ਉਹ ਨਹੀਂ ਲੱਭਣੀ। ਪਤਾ ਨਹੀਂ ਕਿੰਨੀਆਂ ਕੁ ਪੀਰਾਂ ਫਕੀਰਾਂ ਦੀ ਗੁੜਤੀ ਮਿਲੀ, ਕਿੰਨੇ ਕੁ ਖੂਨ ਦੇ ਨਾਲ ਸਿੰਜਿਆ ਗਿਆ ਇਸ ਜਵਾਨ ਨੂੰ, ਇੱਥੋਂ ਤੱਕ ਪੜ੍ਹਨ ਦੇ ਲਈ ਕਿੰਨੀਆਂ ਮਹਾਨ ਬੰਦਿਆਂ, ਯੋਧਿਆਂ ਦੀਆਂ
ਕੁਰਬਾਨੀਆਂ ਹੋਈਆਂ, ਕਿਹਦੀ ਕਿਹਦੀ ਗੁੜ੍ਹਤੀ ਮਿਲੀ ਸਾਡੀ ਜਵਾਨ ਨੂੰ, ਫਿਰ ਸਾਡੇ ਤੱਕ ਆਈ ਅਤੇ ਉਹ ਜਵਾਨ ਹੀ 550 ਸਾਲਾਂ ਬਾਬੇ ਨਾਨਕ ਦਾ ਮਨਾਉਣ ਜਾ ਰਹੇ ਹਾਂ, ਪਰ ਉਹਦੀ ਜ਼ਬਾਨ ਨੂੰ, ਬਾਬੇ ਨਾਨਕ ਦੀ ਉਹ ਮਾਂ ਬੋਲੀ ਨੂੰ ਸਾਡੀ ਨੂੰ, ਉਹਨੂੰ ਅਸੀਂ ਘਰੋਂ ਕੱਢ ਰਹੇ ਹਾਂ। ਫਿਰ ਅਸੀਂ ਇਕੱਲੇ ਬਾਬੇ ਨਾਨਕ ਦੀਆਂ ਫੋਟੋਆਂ ਦੇਖਣ ਯੋਗੀ ਰਹਿ ਜਾਂਗੇ। ਬਾਬੇ ਨਾਨਕ ਦੇ ਸਿਧਾਂਤ, ਬਾਬੇ ਨਾਨਕ ਦੀ ਵਿਚਾਰਧਾਰਾ, ਬਾਬੇ ਨਾਨਕ ਦੀ ਸੋਚ ਨਹੀਂ ਸਾਡੇ ਪੱਲੇ ਪੈਣੀ। ਸੋ ਮੈਂ ਭਰਾਵੋ ਇਹ ਗੱਲਾਂ ਸੁਣਨਾ, ਵਾਰ ਵਾਰ ਫਿਰ ਇਹੀ ਗੱਲ ਕਹਿਣੀ ਚਾਹੁੰਦਾ ਕਿ ਲੇਖਕਾਂ ਵਾਲੀ ਗੱਲ ਆਪਣੀ ਆ ਗਈ ਆ ਕਿ ਲੇਖਕਾਂ ਲੋਕਾਂ ਨੇ ਕੱਖ ਨਹੀਂ ਕਰਨਾ। ਪੰਦਰਵਾੜਾ ਮਨਾਉਣ ਦੀ ਮੈਂ ਗੱਲ ਕਰ ਰਿਹਾ, ਸਾਨੂੰ ਪੰਦਰਵਾੜਾ ਆਹ 15 ਦਿਨ ਸਾਨੂੰ ਪੰਜਾਬੀ ਮਾਂ ਬੋਲੀ ਦੇ ਲਈ ਮਨਾਉਣਾ ਚਾਹੀਦੇ ਨੇ। ਅਸੀਂ ਕਿਤੇ ਨਾ ਕਿਤੇ, ਮੈਂ ਤੁਹਾਨੂੰ ਬੇਨਤੀ ਕਰਦਾ, ਇਹ ਨਾ ਸੋਚਿਆ ਕਰੋ ਹੁਣ ਜਿੱਥੇ ਕਿਤੇ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਨਾ, ਉੱਥੇ ਤੁਸੀਂ ਜਾ ਕੇ ਆਪਦੇ ਬੱਚੇ ਦੇ ਸਕੂਲ ਦੇ, ਆਪਦੇ ਜਵਾਕ ਦੇ ਸਕੂਲ ਜਾ ਕੇ ਪੁੱਛਿਆ ਕਰੋ। ਉੱਥੋਂ ਦੇ ਜੋ ਵੀ ਮੈਨੇਜਮੈਂਟ ਆ, ਸਟਾਫ ਹੈ, ਜੋ ਵੀ ਸਕੂਲ ਦੇ ਪ੍ਰਿੰਸੀਪਲ ਆ, ਕੋਈ ਹੋਰ ਅਧਿਆਪਕ, ਉਹਨਾਂ ਨਾਲ ਗੱਲ ਕਰਿਆ ਕਰੋ ਵੀ ਕਿਉਂ ਬਈ ਤੁਸੀਂ ਸਾਡੇ ਜਵਾਕ ਨੂੰ ਪੰਜਾਬੀ ਬੋਲਣ ਤੋਂ ਕਿਉਂ ਰੋਕ ਰਹੇ ਹਾਂ। ਉਹਨਾਂ ਦਾ ਪਤਾ ਕੀ ਬਹਾਨਾ ਹੁੰਦਾ, ਤੁਹਾਡੇ ਸਾਡੇ ਦਿਮਾਗ 'ਚ ਘੋਲ ਕੇ ਇੱਕ ਚੀਜ਼ ਪਾਤੀ ਕਿ ਦੇਖੋ ਜੀ ਪੰਜਾਬੀ ਤਾਂ ਤੁਸੀਂ ਘਰ ਬੋਲਦੇ ਹਾਂ, ਪੰਜਾਬੀ ਦਾ ਬਹਿ ਤੁਹਾਡੀ ਮਾਂ ਬੋਲੀ ਆ, ਸਿੱਖ ਹੀ ਜਾਣਗੇ ਜਵਾਨ। ਅਸੀਂ ਤਾਂ ਜ਼ੋਰ ਦੇ ਰਹੇ ਹਾਂ ਹਿੰਦੀ 'ਤੇ ਅਤੇ ਅੰਗਰੇਜ਼ੀ 'ਤੇ। ਉਹ ਜਦੋਂ ਇੰਨੀ ਗੱਲ ਕਹਿੰਦੇ ਵੀ ਹਾਂ ਜੀ ਪੰਜਾਬੀ ਤਾਂ ਅਸੀਂ ਘਰ ਬੋਲਦੇ ਹਾਂ, ਪੰਜਾਬੀ ਥੋੜ੍ਹੀ ਭੁੱਲ ਜਾਂਗੇ, ਉਹ ਜਦੋਂ ਸਾਡੇ ਜਵਾਕਾਂ ਨੂੰ ਲਿਖਣੀ ਨਾ ਆਈ, ਉਹ ਪੜ੍ਹਨੀ ਨਾ ਆਈ, ਅਤੇ ਫਿਰ ਅਸੀਂ ਕਿੱਥੋਂ ਸਿੱਖ ਲੈਣਗੇ ਸਾਡੇ ਜਵਾਕ? ਅਗਲੀ ਪੀੜ੍ਹੀ ਬੋਲਣੋਂ ਵੀ ਹਟ ਜੂਗੀ, ਇਕੱਲੀ ਬੋਲਣ ਜੋ ਘਰੇ ਰਹਿ ਜਾਂਗੇ ਪੰਜਾਬੀ, ਫਿਰ ਨਾ ਲਿਖਣੀ ਆਉਣੀ ਨਾ ਪੜ੍ਹਨੀ ਆਉਣੀ ਹੈ। ਸੋ ਹਾਂ, ਇੱਕ ਗੱਲ ਹੋਰ ਅਸੀਂ ਅੱਜ ਧਿਆਨ 'ਚ ਕੀਤੀ, ਬੈਂਕਾਂ ਦੇ ਵਿੱਚ ਬੜੀ ਵੱਡੀ, ਮੇਰੇ ਨਾਲ ਮੇਰਾ ਸਾਥੀ ਬੈਠਾ ਮੋਤਾ ਇੱਥੋਂ ਬਰਨਾਲੇ ਤੋਂ ਹੀ, ਇਹਨੇ ਮੈਨੂੰ ਦੱਸਿਆ ਕਹਿੰਦਾ ਬਈ ਇੱਥੇ ਕਈ ਚੈੱਕ ਲੈ ਕੇ ਗਏ ਬੈਂਕ ਦੇ ਵਿੱਚ, ਚੈੱਕ ਕਹਿੰਦਾ ਸੀ ਪੰਜਾਬੀ 'ਚ ਭਰਤਾ, ਅਤੇ ਚੈੱਕ ਜਦੋਂ ਪੰਜਾਬੀ 'ਚ ਭਰਿਆ ਅਤੇ ਬੈਂਕ ਵਾਲਿਆਂ ਚੈੱਕ ਮੋੜਤਾ, ਕਹਿੰਦੇ ਚੈੱਕ ਅੰਗਰੇਜ਼ੀ ਭਰ ਕੇ ਲੈ ਕੇ ਉਹ। ਸੋ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ, RBI ਰਿਜ਼ਰਵ ਬੈਂਕ ਆਫ ਇੰਡੀਆ ਦੀਆਂ ਇਹ ਹਦਾਇਤਾਂ ਨੇ, ਇਹ ਚਿੱਠੀਆਂ ਨੇ ਸਾਰੀਆਂ ਬੈਂਕਾਂ ਦੇ ਵਿੱਚ, ਜੇ ਪੰਜਾਬ ਦੀਆਂ ਬੈਂਕਾਂ ਨੇ, ਪੰਜਾਬ ਦੀਆਂ ਬੈਂਕਾਂ ਨੂੰ ਇਹ ਹਦਾਇਤਾਂ ਨੇ ਕਿ ਤੁਸੀਂ ਉੱਥੇ ਜਿਹੜਾ ਤੁਹਾਡਾ ਅਧਿਕਾਰੀ ਬੈਠੂਗਾ ਉਹਨੂੰ ਪੰਜਾਬੀ ਆਉਣੀ, ਪੰਜਾਬੀ ਲਿਖਣੀ ਬੋਲਣੀ ਪੜ੍ਹਨੀ ਆਉਣੀ ਚਾਹੀਦੀ, ਤਾਂ ਉਹ ਸੀਟ 'ਤੇ ਬੈਠ ਸਕਦਾ ਹੈ। ਸਾਰਾ ਕੰਮਕਾਰ ਪੰਜਾਬੀ 'ਚ ਹੋਣਾ ਚਾਹੀਦਾ, ਜੇ ਹਰਿਆਣੇ 'ਚ ਹਿੰਦੀ 'ਚ ਹੋਣਾ ਚਾਹੀਦਾ, ਜੇ ਕਿਤੇ ਗੁਜਰਾਤ 'ਚ ਗੁਜਰਾਤੀ 'ਚ ਹੋਣਾ ਚਾਹੀਦਾ, ਤਾਮਿਲਨਾਡੂ 'ਚ ਤਾਮਿਲ 'ਚ ਹੋਣਾ ਚਾਹੀਦਾ, ਇਹ RBI ਦੀਆਂ ਹਦਾਇਤਾਂ ਨੇ। ਸੋ ਆਓ ਭਰਾਵੋ ਬੇਨਤੀ ਸੁਣੋ ਅਖੀਰ ਦੇ ਉੱਤੇ ਇਹੀ ਕਿ ਆਪਾਂ ਪੰਦਰਵਾੜਾ ਮਨਾਈਏ, ਆਪੋ ਆਪਣੇ ਜਿੱਥੇ ਮੇਰਾ ਵੀਰਾ ਮੇਰੀ ਗੱਲਬਾਤ ਨੂੰ ਵੱਧ ਤੋਂ ਵੱਧ ਅੱਗੇ ਸਾਂਝੀ ਕਰ ਦਿਓ, ਤਾਂ ਕਿ ਹਰ ਘਰ ਤੱਕ, ਪੰਜਾਬ ਦੇ ਹਰ ਘਰ ਤੱਕ ਇਹ ਗੱਲ ਪਹੁੰਚੇ। ਇਹ ਗੱਲ ਮੇਰੀ ਸਕੂਲਾਂ 'ਚ ਪੜ੍ਹਨ ਵਾਲੇ ਜਵਾਕ ਵੀ ਜ਼ਰੂਰ ਸੁਣਨ, ਜੇ ਉਹਨਾਂ ਨੂੰ ਪੰਜਾਬੀ ਕਿਤੇ ਬੋਲਣ ਤੋਂ ਰੋਕਿਆ ਜਾਂਦਾ, ਆਪਣੇ ਮਾਂ ਬਾਪ ਨਾਲ ਆ ਕੇ ਗੱਲਬਾਤ ਕਰਨ, ਉਹਨਾਂ ਨਾਲ ਸਾਂਝੀ ਕਰਨ, ਉਹਨਾਂ ਦੇ ਮਾਂ ਬਾਪ ਦਾ ਫਰਜ਼ ਬਣਦਾ ਕਿ ਸਕੂਲ ਮੈਨੇਜਮੈਂਟ ਨਾਲ ਉਹਨਾਂ ਨਾਲ ਜਾ ਕੇ ਗੱਲ ਕਰੋ ਵੀ ਤੁਸੀਂ ਸਾਡੇ ਜਵਾਕ ਨੂੰ ਪੰਜਾਬੀ ਕਿਵੇਂ ਬੋਲਣ ਤੋਂ ਰੋਕੋਗੇ। ਜੇ ਤੁਹਾਡੇ ਨਾਲ ਫਿਰ ਵੀ ਉੱਥੋਂ ਦੀ ਕੋਈ ਮੈਨੇਜਮੈਂਟ ਤੁਹਾਡੇ ਜਵਾਕ ਦਾ ਨਾਂ ਕੱਟਦੀ ਹੈ, ਕੋਈ ਸਟਾਫ ਧੱਕਾ ਕਰਦਾ, ਤੁਹਾਨੂੰ ਫਿਰ ਵੀ ਨਹੀਂ ਉਹ ਹਟਦੇ, ਫਿਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹਾਂ, ਫਿਰ ਅਸੀਂ ਆਵਾਂਗੇ। ਪਰ ਛੋਟੀ ਛੋਟੀ ਗੱਲ 'ਤੇ ਸਾਨੂੰ ਨਾ ਸੱਦਿਆ ਕਰੋ, ਕਿਉਂਕਿ ਅਸੀਂ ਹਰ ਇੱਕ ਥਾਂ ਆ ਕੇ ਨਹੀਂ ਲੜ ਸਕਦੇ। ਇਹ ਆਪਣਾ ਫਰਜ਼ ਸਮਝੋ, ਇਕੱਲਿਆਂ ਦੀ ਲੜਾਈ ਨਹੀਂ ਹੈਗੀ, ਇਹ ਲੜਾਈ ਸਾਡੇ ਸਾਰੇ ਪੰਜਾਬੀਆਂ ਦੀ ਹੈ। ਇਹ ਦੋ ਗੱਲਾਂ ਮੇਰਾ ਵੀਰੇ ਜ਼ਰੂਰ ਧਿਆਨ 'ਚ ਰੱਖੋ, ਦਿਮਾਗ ਨੂੰ ਖੋਲ੍ਹ ਕੇ ਰੱਖੋ, ਚੇਤਨ ਰੱਖੋ ਦਿਮਾਗ ਨੂੰ, ਥੋੜ੍ਹਾ ਜਿਹਾ ਗੁੰਮ ਜਿਹਾ ਹੋਇਆ ਪਿਆ ਪੰਜਾਬ ਦੇ ਲੋਕ, ਪੰਜਾਬੀਆਂ ਦੀ ਮੱਤ ਜੀ ਮਾਰੀ ਪਈ ਹੈ, ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।